ਸਤਿ ਸ਼੍ਰੀ ਅਕਾਲ ਜੀ, ਸੰਧੂ ਡੈਰੀ ਫਾਰਮ ਦੇ ਤੁਹਾਡਾ ਸਵਾਗਤ ਹੈ ਲਈ ਮਿੱਤਰੋ। ਵੀਡੀਓ ਬਣਾਉਣ ਲੱਗੇ ਆਪਣੇ ਫਾਰਮ ਤੋਂ, ਤੇ ਝੋਟੀਆਂ ਨੇ ਕਾਫੀ ਗਿਣਤੀ ਚ ਕਮਾਲ ਦੀ ਇੱਕ ਨਾ ਜਵਾਬ ਹੈ, ਲਾ ਜਵਾਬ ਹੈ। ਲਾ ਝੋਟੀ ਕੱਲ ਦੀ ਸੂਈ ਹੋਈ ਆ, ਕੱਲ ਦੀ ਗੋਲਾ ਕੱਲ ਵੀ ਚੋਇਆ। ਤੇ ਜੇ ਅਸੀਂ ਕੁਆਲਿਟੀ ਚੈੱਕ ਕਰਾਉਣਾ ਤੁਹਾਨੂੰ, ਆਹ ਦੇਖ ਲਓ ਥਾਣਾ ਦੀ ਕੁਆਲਿਟੀ, ਕੀ ਗੱਲਬਾਤ ਆ, ਹੈ ਨਾ? ਤੂੰ ਕਿਹਾ ਇੱਕ ਵਾਰੀ ਖੁੱਲ੍ਹ ਕੇ ਤੋਰੇਗਾ ਓਏ। ਲਾਜਵਾਬ ਝੋਟੀਆਂ ਨੇ, ਆਹ ਦੇਖੋ ਆਹ ਝੋਟੀ ਕੱਲ ਦੀ ਸੂਈ ਹੋਈ ਆ, ਤੁਹਾਨੂੰ ਮੈਂ ਨਾੜੂਆ ਦਿਖਾ ਦੇਣਾ, ਖਾਲੀ ਆ ਬੋਲੇ ਚੋਂ। ਜਦੋਂ ਆਹ ਝੋਲਾ ਜਿਹਾ ਭਰੂਗਾ ਨਾ ਇਹਦਾ, ਆਹ ਝੋਲਾ ਜਿਹਾ ਭਰੂਗਾ ਇਹਦਾ, ਖਾਲੀ ਕਰੀ ਹੋਈ ਹੈ ਇਹ। ਲਾਜਵਾਬ ਲਾਜਵਾਬ ਉਹੀ ਗੱਲ ਹੈ, ਨਸਲ ਖਰੀਦੀ ਆ, ਕਿਉਂ ਹੁੰਦੀ ਆ ਯਾਰ ਵੀ ਪਸ਼ੂ ਦੁੱਧ ਦੇਵੇ ਜਾ ਕੇ ਅਗਲੇ ਮਾਲਕ ਦੇ, ਹੈ ਨਾ? ਤਾਂ ਕਰਕੇ ਨਸਲ ਖਰੀਦੀ ਹੈ। ਅਤੇ ਬੱਚਾ ਬੰਨ ਕੇ ਮਾੜਾ ਤੋਰਾਂਗੇ ਨਾ ਝੋਟੀ ਨੂੰ, ਲੈ ਆਹ ਝੋਟੀ ਹਜੇ ਗੱਬਣ ਹੈ ਮਿੱਤਰੋ। ਬਸ ਤੁਸੀਂ ਕੁਆਲਿਟੀ ਚੈੱਕ ਕਰੋ, ਹੋਰ ਗੱਲਾਂ ਦੀਆਂ ਗੱਲਾਂ, ਕੁਆਲਿਟੀ ਚੈੱਕ ਕਰੋ ਵੀ ਕੀ ਗੱਲਾਂ ਬਾਤਾਂ ਨੇ। ਕੁਆਲਿਟੀ ਵਾਲੇ ਪਸ਼ੂ ਹੈ ਸਾਰੇ, ਲਾਜਵਾਬ ਇੱਕ ਨੰਬਰ ਪਸ਼ੂ ਹੈ ਸਾਰੇ, ਅਤੇ ਤੁਹਾਨੂੰ ਨਾਲ ਦੀ ਨਾਲ ਚੈੱਕ ਕਰਾਉਂਦੇ ਜਾਵਾਂਗੇ ਕੀ ਗੱਲਾਂ ਬਾਤਾਂ। ਇਹਨਾਂ ਤੁਹਾਨੂੰ ਮੈਂ ਪਹਿਲਾਂ ਉਹ ਝੋਟੀ ਤੋਰ ਕੇ ਦਿਖਾਉਣਾ, ਬੰਨ ਇੱਕ ਵਾਰੀ ਫਿਰ ਆਪਾਂ ਚੋਣੇ ਇਹਨੂੰ। ਸਵੇਰ ਦਾ ਟਾਈਮ ਹੈ, ਚਵਾਈ ਕਰਨ ਲੱਗੇ, ਸੋਚਿਆ ਮੈਂ ਚੱਲ ਵੀਡੀਓ ਬਣਾ ਦਈਏ, ਹੈ ਨਾ? ਕੋਈ ਹਾਰ ਸ਼ਿੰਗਾਰ ਨਹੀਂ, ਸਿੰਪਲੀ ਬਣਾਵਾਂਗੇ। ਤੋਰ ਲੈ ਦੂਸਰਾ ਸੁਆਹ ਭਾਈ ਲੈ ਕੇ ਆਓ, ਕਿਵੇਂ ਮਿਲਦੀ ਹੈ ਕੁਆਲਿਟੀ ਭਾਈ ਤੋਰੇ ਕਿਵੇਂ? ਬੜੀਆ ਬੜੀਆ। ਡਾਂਗਰ ਕੈਸੇ ਮਿਲਾ? ਇੱਕ ਨੰਬਰ। ਦੂਧ ਦੇ ਦੇ ਫੁੱਲ। ਆਹ ਦੇਖੋ ਆਹ ਗੱਡੀ ਆਈ ਆ, ਮਹਾਂਕਾਲ, ਮਹਾਂਕਾਲ ਦੇ ਭਗਤ ਹੋ ਤੁਸੀਂ, ਹੈ? ਮਹਾਂਕਾਲ ਮਹਾਂਕਾਲ ਇਹ ਮੁੰਡੇ ਦਾ ਮਿਲਾ। ਸਾਹ ਇੱਧਰ ਇੱਧਰ ਤੋਰ, ਅੰਦਰ ਸਾਰਾ ਸਾਵਣ ਰੋਟੀ ਨਹੀਂ ਖਾਂਦਾ, ਹੈ? ਸਾਰਾ ਸਾਵਣ ਰੋਟੀ ਨਹੀਂ ਖਾਂਦਾ। ਆਹ ਦੇਖ ਲਓ ਇਹ ਕੁਆਲਿਟੀ, ਆਹ ਕੁਆਲਿਟੀ ਦੇਖ ਲਓ, ਆਹ ਕੁਆਲਿਟੀ ਮਿਲੂ ਇੱਥੇ, ਇੱਥੇ ਆਹ ਕੁਆਲਿਟੀ ਮਿਲੂ। ਇੱਕ ਵਾਰੀ ਦੁਬਾਰਾ ਫੇਰ ਤੋਰ ਬਈ, ਅਤੇ ਜਿਹੜਾ ਰੇਟ ਦੇ ਦਾਂਗੇ ਉਹ ਵੀ ਲਾਜਵਾਬ ਇਹ ਹੋਊਗਾ ਵੀ ਜਿਹੜੀਆਂ ਝੋਟੀਆਂ ਤੁਹਾਨੂੰ ਢਾਈ ਦੋ ਢਾਈ ਨੂੰ ਮਿਲਦੀਆਂ ਨੇ ਨਾ, ਹਾਂ ਹਾਂ, ਦੁਬਾਰੇ ਹੌਲੀ ਤੋਰੀ ਮਾੜਾ ਜਿਹਾ ਚਕਈ ਨਾਲ। ਆਹ ਦੇਖਿਓ ਇਹਨਾਂ ਦੇ ਥਣਾਂ ਦੀ ਕੁਆਲਿਟੀ ਚੈੱਕ ਕਰੋ ਤੁਸੀਂ, ਆ ਲਾਜਵਾਬੀ ਆ, ਲਾਜਵਾਬੀ ਲੰਬੀ ਤੋਰੋ ਮੁੰਡਾ ਕਿਹੜਾ, ਇੱਕ ਵਾਰੀ ਇੱਕ ਵਾਰੀ ਥੋੜ੍ਹੀ ਜਿਹੀ ਲੰਬੀ ਤੋਰਦੇ। ਆਹ ਦੇਖੋ ਅਗਾੜੀ ਪਿਛਾੜੀ ਦਾ ਥਣ ਲੱਗਿਆ ਹੋਇਆ, ਕੱਲ੍ਹ ਦੀ ਸੂਈ ਆ, ਪੰਦਰਾਂ ਪੰਦਰਾਂ ਸੋਲਾਂ ਐਂ ਉਈ ਜੇ ਪਾਈ ਜਾਊਗੀ ਰਾਮ ਜੇ ਨਾਲੀ। ਔਰ ਸਪੈਸ਼ਲ ਝੋਟੀ ਆ ਯਾਰ, ਹੈਵੀ ਬਾਡੀ ਦੀ ਆ, ਛੋਟਾ ਸਿੰਘਾ ਹਜੇ, ਕੋਈ ਹਾਰ ਸ਼ਿੰਗਾਰ ਨਹੀਂ ਲਾਇਆ ਇਹਨੂੰ। ਬੰਨ ਦੇ ਅੰਦਰ, ਬੰਨ ਦੇ ਅੰਦਰ, ਬੰਨ ਦੇ, ਤੁਹਾਨੂੰ ਮੈਂ ਚਵਾਈ ਵੀ ਚੈੱਕ ਕਰਾਊਂਗਾ ਇਹਦੀ ਵੀ ਕੀ ਗੱਲਾਂ ਬਾਤਾਂ ਨੇ। ਚੰਗਾ ਦੇ ਬੱਚਾ, ਛੱਡ ਦੇ ਚੰਗਾ ਦੇ, ਬੜੀ ਟੋਪ ਬਰੀਡ ਆ, ਬੜੀ ਟੋਪ ਬਰੀਡ ਆ, ਇਕੱਲਾ ਇਕੱਲਾ ਥਣ ਜਿਵੇਂ ਕਹਿੰਦੇ ਨਹੀਂ ਹੁੰਦੇ ਵੀ ਗਿੱਠ ਪੈਂਦੀ ਆ ਥਣਾਂ 'ਚ। ਝੋਟੀ ਉਹੀ ਗੱਲ ਫੇਰ ਆ, ਰੇਟ ਵਾਲੀ ਗੱਲ ਕਰਦਾ ਹੁੰਦਾ ਮੈਂ, ਛੱਡ ਦੇ ਬੱਚਾ ਬਾਈ, ਦੋ ਢਾਈ ਮੰਗਦੇ ਆ ਇਹੋ ਜਿਹੀ ਝੋਟੀ ਦਾ, ਤੁਹਾਨੂੰ ਪਤਾ ਜੇ ਮੇਲੇ ਵਾੜ ਲਈਏ ਤਾਂ ਵੀ ਝੋਟੀ, ਕੀ ਗੱਲਾਂ ਬਾਤਾਂ ਹੋ ਜਾਣਗੀਆਂ, ਹੈ ਨਾ? 1,45,000 ਦੀ ਝੋਟੀ ਦੇ ਦਾਂਗੇ ਇਹ, ਚਵਾਈ ਹੈ ਫਿਰ ਕਾਹਨੂੰ ਗੱਲਾਂ ਛੇੜ ਦਿਓ, ਬਸ ਜੀ ਲਵਾਉਂਦੀ ਆ, ਐਨ ਕੁੱਤੀਆਂ ਪਾੜ ਚਵਾਈ ਆ, ਬਾਹਲੀ ਸਪੈਸ਼ਲ ਝੋਟੀ। ਕਿਵੇਂ ਲੱਗਦੀ ਝੋਟੀ, ਸਤਾਦ ਕਿੰਨਾ ਕੁ ਦੁੱਧ ਪਾਦੂ? 15-16 ਤੇ, ਹੈ ਨਾ? 16 ਕਿਲੋ ਵਾਲਾ ਤਾਂ ਰੌਲੀ ਨਹੀਂ, ਦੁੱਧ ਪਾ ਦੇ, ਵੱਧ ਪਾ ਦੇ, ਫੋਸ ਖਿੱਚੋ ਮਾੜਾ ਜਿਹਾ। ਅਤੇ ਇੱਕ ਮੈਂ ਤੁਹਾਨੂੰ ਹੋਰ ਝੋਟੀ ਦਿਖਾਵਾਂ ਨਾ, ਵੀ ਲੱਗੇ ਚਮਕਦੀ ਆ ਯਾਰ ਸਾਰਿਆਂ ਤੋਂ, ਬਾਹਲੀ ਵੱਡੀ ਆ, ਚਵਾਈ ਹੋ ਗਈ। ਆਹ ਦੇਖਿਓ ਐਡਾ ਕੱਦ ਯਾਰ,
ਬਸ ਮੇਲੇ ਧਨੌਲੇ ਦਿਖਾਵਾਂਗੇ ਤੁਹਾਨੂੰ ਇਹ ਧਨੌਲੇ ਆਹ ਤੋਰ ਸੱਤੂ ਗੱਬਣ ਓਏ ਗੱਬਣ ਤੋਰੀ ਦਾ ਕਿਹੜਾ ਮਾੜੀ ਜੀ ਕੋਈ ਸਿੰਘਾਂ ਨੂੰ ਤੇਲ ਤੂਲ ਨਹੀਂ ਅਸੀਂ ਤਾਂ ਅਸੀਂ ਬਣਾ ਦਾਂਗੇ ਵੀਡੀਓ ਆਪਦੀ ਦਾ ਅਸੀਂ ਅਸੀਂ ਤਾਂ ਅਸੀਂ ਬਣਾ ਦਾਂਗੇ ਬਿਨਾਂ ਤੇਲ ਦੀ ਇਹ ਝੋਟੀ ਵੀ ਮਿੱਤਰੋ ਫਿਰ ਤੈਨੂੰ ਮੈਂ ਦਿਖਾ ਦਾਂ ਮਾੜੇ ਜੇ ਦਰਸ਼ਨ ਕਰਾਉਣਾ ਵੀ ਕੀ ਬ੍ਰੈਂਡ ਹੈ ਕੀ ਕੁਆਲਿਟੀ ਆ ਕੀ ਚੀਜ਼ ਆ ਲਿਆ ਬਾਹਲੀ ਸਪੈਸ਼ਲ ਰਹੂ ਇਹ ਅਜੇ ਤਾਂ ਨਾ ਦਸ ਦਿਨ ਰਹਿੰਦੇ ਆ ਉਹ ਝੋਟੀ ਦੇ ਮੈਂ ਤੈਨੂੰ ਪਹਿਲਾਂ ਨਹੀਂ ਕਿਹਾ ਵੀ ਆਪਾਂ ਨਾ ਨਸਲੇ ਵੇਚਣੀ ਆ ਬਸ ਨਸਲੇ ਕਰ ਦੇਣੀ ਆ ਘਰ ਘਰ ਭਾਅ ਭੂ ਤਾਂ ਕੋਈ ਗੱਲ ਨਹੀਂ ਲੱਗ ਕੇ ਆ ਜਾਣਗੇ ਬਸ ਲੈ ਇੱਕ ਆਹ ਝੋਟੀ ਇਹਨੂੰ ਵੀ ਤੋਰਦੇ ਸੱਤੂ ਹੈ ਹੋ ਜਾਣਦੇ ਤਿਆਰ ਉਹਨੂੰ ਉਹਨੂੰ ਹੋ ਜਾਣਦੇ ਤਿਆਰ ਹੋਣ ਦੇ ਤਿਆਰ ਹਜੇ ਖੜੀ ਰਹਿਣ ਦੇ ਪੰਜ ਸੱਤ ਦਿਨ ਆਹ ਵੀ ਤੋਰ ਸੱਤੂ ਗੱਬਣ ਜਿਹੜੀ ਹੁਣ ਸੂਈ ਆ ਆਹ ਤੋਰ ਲੱਚ ਆਹ ਝੋਟੀ ਵੀ ਦਾ ਵੀ ਮਿੱਤਰੋ ਇਹੀ ਰੇਟ ਆ ਪਰ ਹਜੇ ਨਾ ਖਾਲੀ ਹੋਈ ਹੋਈ ਆ ਆਹ ਦੇਖੋ ਨਾੜੂ ਦਿਖਾ ਦੇਣਾ ਮੈਂ ਤੁਹਾਨੂੰ ਬੱਚੇ ਦਾ ਕੱਚੀ ਸੂਈ ਹੋਈ ਹੈ ਫਿਰ ਇਹਦਾ ਗਾੜੀ ਪਿਛਾੜੀ ਦਾ ਇਹਦੀ ਚਵਾਈ ਹੋ ਕੇ ਆਈ ਆ ਦੇਖੋ ਕੱਚਾ ਨਾੜੂ ਆ ਜਿਵੇਂ ਦੰਦ ਪਾੜ ਕੇ ਦਿਖਾ ਦੇਣਾ ਤੁਹਾਨੂੰ ਕੱਲ੍ਹ ਸੂਈ ਹੈ ਝੋਟੀ ਇਹ ਅਤੇ ਖਾਲੀ ਹੋ ਕੇ ਆਈ ਆ ਦੇਖਿਓ ਬਸ ਨਾ ਜਿੱਦੇ ਝੋਲਾ ਜਿਹਾ ਭਰਤਾ ਗੱਲਾਂ ਬਾਤਾਂ ਐਂਡ ਹੋਣਗੀਆਂ ਫਿਰ ਇਹਦੀਆਂ ਆਹ ਝੋਲਾ ਜਿਹਾ ਉਹੀ ਗੱਲ ਹੈ ਇਹ ਝੋਲਾ ਜਿਹਾ ਜਿਹੜਾ ਇਹਦੇ ਪਿੱਛੇ ਲਮਕਦਾ ਨਾ ਇਹ ਕਿਸੇ ਗੱਲ 'ਤੇ ਲਮਕਦਾ ਤੋਰੀ ਕਿਹੜਾ ਸਰ ਤੂੰ ਇਹਨੂੰ ਵੀ ਬਾਈ ਆਹ ਤੋਰ ਤੋਰਦੇ ਕਿਹੜਾ ਇਹਨੂੰ ਵੀ ਇਹ ਤੁਹਾਨੂੰ ਹੋਰ ਦਿਖਾਵਾਂਗੇ ਬਾਹਰ ਯਾਰ ਇੱਕ ਗਰਮੀ ਹੈ ਨਾ ਪਸ਼ੂ ਸੂੰਦੇ ਆ ਯਾਰ ਸਾਰੀ ਚੇਰ ਪੈ ਜਾਂਦੀ ਆ ਫਿਰ ਵੀ ਸਾਰਾ ਪਤਾ ਨਹੀਂ ਗੰਦ ਮੰਦ ਜਾਂ ਡੇਗੀ ਜਾਂਦੇ ਆ ਪਤਾ ਨਹੀਂ ਮਾੜਾ ਮੋਟਾ ਟੁਕੜਾ ਰਹਿੰਦਾ ਕੋਈ ਕਮਾਲੇ 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 ਦੂਸਰਾ ਸੂਆ ਸੂਈ ਆ ਉਹ ਕਿਸੇ ਦੇ ਅੰਦਰ ਖੜੀ ਹੋਈ ਆ ਤਾਂ ਕਰਕੇ ਥੋੜੀ ਜਿਹੀ ਰੰਗ ਤੇ ਦਾ ਦੋ ਦਿਨਾਂ ਚ ਬਣਾ ਦਾਂਗੇ ਆਹ ਦੇਖਿਓ ਬਾਹਲੀ ਸਪੈਸ਼ਲ ਰਹੂ ਕੋਈ ਗੱਲ ਨੀ ਆਪਾਂ ਤੁਹਾਨੂੰ ਦੋ ਚਾਰ ਦਿਨ ਸਾਂਭ ਕੇ ਦੇ ਦਾਂਗੇ ਜਿਹੜਾ ਵੀ ਭਰਾ ਹੋਰ ਪਰ ਹੈ ਬ੍ਰੈਂਡ ਹੈ ਬ੍ਰੈਂਡ ਲੈ ਚੱਲ ਬਾਈ ਕਰਦੀ ਆ ਐਂਦੀ ਲੈ ਜਾ ਕਰਨਾ ਕਾ ਤੂੰ ਉਮਰੀ ਰਹਿਣਾ ਕਹਿੰਦੇ ਤੂੰ ਖਾਲੀ ਹੋ ਕੇ ਆਈ ਹੈ ਝੋਟੀ ਇਹ ਕਰਦੇ ਅੰਦਰ ਇਹਦੇ ਭਰਾ ਨੂੰ ਤਾਂ ਸਮਝ ਆ ਤੁਸੀਂ ਕਵਾਲਿਟੀ ਚੈੱਕ ਕਰ ਲਓਗੇ ਵੀ ਕੀ ਆ ਇਹਨੂੰ ਤੋੜਦੇ ਆਹ ਝੋਟੀ ਦੇਖੋ ਸਵੇਰੀ ਬੋਲਾ ਚੋਇਆ ਹੋਇਆ ਥੋੜ੍ਹਾ ਥੋੜ੍ਹਾ ਅਗਲੇ ਦਾ ਬੱਚਾ ਵੀ ਚੰਘਾਇਆ ਹੋਇਆ ਰਾਤ ਦੀ ਝੋਟੀ ਸੂਈ ਹੋਈ ਆ ਜਿਹਦੀ ਬਾਡੀ ਦੀ ਗੱਲ ਕਰ ਲਈਏ ਦੂਸਰਾ ਸੂਆ ਲਾਜਵਾਬੀ ਆ ਵੱਡੀ ਵੁੱਡੀ ਤਾਂ ਨਾ ਇੰਨੀ ਕਾ ਵੀ ਛੱਡੀ ਦੇ ਗੱਲਾਂ ਆ ਦੇਖਿਓ ਲੈ ਚੱਲ ਬਾਈ ਬਾਈ ਲੈ ਚੱਲ ਦੇਖ ਪਾਉਂਦੀ ਹੈ ਤੱਕ ਮੈਂ ਤੁਹਾਨੂੰ ਕਹਿਲਾਂ ਗਿਆ ਵੀ ਪਸ਼ੂ ਨਾ ਸਾਰੇ ਬ੍ਰੈਂਡਡ ਰੱਖਣੇ ਆ ਬ੍ਰੈਂਡ ਹੀ ਮਿਲੂ ਬਸ ਜੇ ਕਿਸੇ ਭਰਾ ਨੇ ਕੋਈ ਬ੍ਰੈਂਡ ਹੀ ਖਰੀਦਣਾ ਨਾ ਤਾਂ ਇੱਧਰ ਨੂੰ ਮੂੰਹ ਕਰ ਲਿਓ ਪਿੰਡ ਰਾਮਗੜ੍ਹ ਸੰਧੂਆਂ ਜ਼ਿਲ੍ਹਾ ਸੰਗਰੂਰ ਨੇੜੇ ਲਹਿਰਾ ਗਾਗਾ ਹੁਣ ਦੇਖੋ ਸਾੜੀ ਵਿਚਾਰੀ ਸਾਫਰ ਚਵਾਈ ਆ ਓਏ ਸਾਫਰ ਚਵਾਈ ਆ ਦੇਖੀ 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 ਦੇਖੀ
ਰਹਿਣ ਦੇ ਰਹਿਣ ਦੇ, ਜੇ ਤੂੰ ਅਸੀਂ ਵੀਡੀਓ ਚ ਧੌਂਕੀ ਆ ਤੈਨੂੰ ਬਾਜਰੇ ਟਪਾ ਦਾਂਗੇ ਅਸੀਂ। ਆ ਦੇਖ ਅਰੇ ਸਪੈਸ਼ਲ ਆ ਬਾਂਧ ਦੇ ਉਰੇ।